Hey, what's up guys, this is AD and welcome back to my channel. Today is Saturday, ਤੇ ਅੱਜ ਮੈਂ ਤੁਹਾਨੂੰ ਦਿਖਾਉਂਗਾ ਕਿ ਮੇਰੀ ਜਿਹੜੀ ਪਾਰਟ ਟਾਈਮ ਜੌਬ ਹੈ ਕੈਨੇਡਾ ਦੇ ਵਿੱਚ ਉਹ ਕੀ ਹੈ। ਅੱਜ ਮੈਂ ਥੋੜ੍ਹਾ ਜਿਹਾ ਐਕਸਾਈਟਡ ਵੀ ਹਾਂ ਕਿਉਂਕਿ ਅੱਜ ਮੈਂ ਲੈ ਰਿਹਾ ਇੱਕ ਨਵਾਂ ਇਲੈਕਟ੍ਰਿਕ ਗਿਟਾਰ। ਸੋ ਮੈਂ ਤੁਹਾਨੂੰ ਉੱਥੇ ਵੀ ਲੈ ਕੇ ਚੱਲੂੰਗਾ ਜਿੱਥੋਂ ਮੈਂ ਗਿਟਾਰ ਲੈਣਾ। ਅਤੇ ਪਰ ਉਸ ਤੋਂ ਪਹਿਲਾਂ 9:30 ਹੋ ਰਹੇ ਨੇ, ਇਟਸ 9:30 AM, ਅਤੇ ਮੈਂ ਪਹਿਲਾਂ ਕਰੂੰਗਾ ਆਪਣਾ ਬ੍ਰੈਕਫਾਸਟ ਅਤੇ ਫਿਰ ਆਪਾਂ ਚੱਲਾਂਗੇ ਮੇਰੇ ਕੰਮ 'ਤੇ। ਸੋ ਜ਼ਿਆਦਾਤਰ ਬ੍ਰੇਕਫਾਸਟ ਮੇਰੇ ਹੁੰਦੇ ਆ ਓਟਸ, ਐਪਲ ਐਂਡ ਸਿਨਾਮਨ। ਓਟਸ ਆਪਣੇ ਰੈਡੀ ਨੇ ਅਤੇ ਥੋੜ੍ਹੀਆਂ ਜਿਹੀਆਂ ਮਿਰਚ ਪਾ ਰਹੇ ਹਾਂ ਮੈਰਿਟਸ। ਜੋਬ ਆ ਮੇਰੀ ਉਹ ਹੈਗੀ ਇੱਥੇ ਮਾਰਕਮ ਦੇ ਵਿੱਚ। ਮਾਰਕਮ ਦਾ ਜਿਹੜਾ ਡਿਸਟੈਂਸ ਹੈ ਬ੍ਰੈਂਪਟਨ ਤੋਂ ਹੈਗਾ ਅਰਾਊਂਡ 60 ਕਿਲੋਮੀਟਰ, ਅਤੇ ਮੈਨੂੰ 1 ਘੰਟਾ ਲੱਗ ਜਾਂਦਾ ਉੱਥੇ ਜਾਂਦਿਆਂ। ਪਰ ਜਿਹੜੀ ਮੇਰੀ ਪਾਰਟ ਟਾਈਮ ਜੋਬ ਆ ਉਹ ਸਿਰਫ ਸੈਟਰਡੇ ਮੈਂ ਜਾਂਦਾ ਹੁੰਦਾ, 1 ਦਿਨ ਜਾਣਾ ਹੁੰਦਾ ਵੀਕ 'ਚ। ਸੋ ਉਹ ਮੇਰੇ ਲਈ ਠੀਕ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਇੰਨਾ ਕੋਈ ਖਰਚੇ ਵਾਲੀ ਗੱਲ ਨਹੀਂ ਹੈਗੀ। ਬਾਕੀ ਜਿਹੜੀ ਮੇਰੀ ਰੈਗੂਲਰ ਜੋਬ ਆ ਉਹ ਤਾਂ ਹੈ ਹੀ ਮੇਰੀ ਵੀਕਡੇਜ਼ 'ਚ ਲਾਈਕ 9 to 5 ਵਾਲੀ, ਠੀਕ ਹੈ। ਉਹਦੇ 'ਤੇ ਮੈਂ ਤੁਹਾਨੂੰ ਮੈਂ ਆਪਣੀ ਦੱਸੂੰਗਾ ਮੇਰੀ ਜੋਬ ਬਾਰੇ, ਉਹ ਇੱਕ ਅਲੱਗ ਵਲੋਗ ਹੋਊਗਾ। ਪਰ ਇਹ ਪਾਰਟ ਟਾਈਮ ਜੋਬ ਦਾ ਮੈਂ ਕੱਟ ਵਲੋਗ ਬਣਾ ਸੋਚਿਆ ਸੀਗਾ ਵੀ ਬਣਾਉਣ ਦਾ, ਤੁਹਾਨੂੰ ਦੱਸੂੰਗਾ ਮੈਂ। ਅਤੇ ਜ਼ਿਆਦਾ ਮੈਂ ਜੋਬ ਦੀ ਜਿਹੜੀ ਮੈਂ ਕੀ ਕਰਦਾ ਆਪਣੀ ਪਾਰਟ ਟਾਈਮ ਜੋਬ 'ਤੇ ਕੀ ਹੈਗੀ ਚੀਜ਼, ਉਹ ਮੈਂ ਤੁਹਾਨੂੰ ਜੋਬ 'ਤੇ ਪਹੁੰਚ ਕੇ ਦੱਸੂੰਗਾ। ਕਿਉਂਕਿ ਡਰਾਈਵ ਕਰਦੇ ਹੋਏ ਮੈਨੂੰ ਐਂ ਲੱਗਦਾ ਵੀ ਥੋੜ੍ਹੀ ਵੀਡੀਓ ਸ਼ਾਇਦ ਨਾ ਸਹੀ ਬਣੇ। ਬਾਕੀ ਮਿਲਦੇ ਹਾਂ ਬਈ ਤੁਹਾਨੂੰ ਕੰਮ 'ਤੇ ਪਹੁੰਚ ਕੇ। ਇਹ ਹੈਗਾ ਬਾਈ ਮੇਰਾ ਛੋਟਾ ਜਿਹਾ ਆਫਿਸ, ਅਤੇ ਇੱਧਰ ਸਾਰੇ ਡਰਾਰਸ ਵਗੈਰਾ ਨੇ, ਉੱਧਰ ਵੀ ਡਰਾਰਸ ਨੇ ਜਿੱਥੇ ਸਾਰੀਆਂ ਫਾਈਲਸ ਵਗੈਰਾ ਪਈਆਂ। ਆਹ ਫਾਈਲਸ ਨੇ ਇੱਧਰ ਬਈ, ਇਕੱਲੇ ਇਕੱਲੇ ਕੈਂਡੀਡੇਟ ਦੀਆਂ ਫਾਈਲਸ ਨੇ। ਆਹ ਜਿਹੜਾ ਡੇਟਾ ਐਂਟਰੀ ਦਾ ਕੰਮ ਹੁੰਦਾ ਮੇਰਾ, ਜਿਹੜਾ ਮੈਂ ਘਰ ਲੈ ਕੇ ਜਾਣਾ ਹੁੰਦਾ। ਆਲਰਾਈਟ, ਸੋ ਜਿਹੜੀ ਬਾਈ ਮੇਰੀ ਜੋਬ ਹੈ ਉਹ ਹੈਗੀ ਹੈ ਕਾਈਂਡ ਆਫ ਡੇਟਾ ਐਂਟਰੀ ਕਲਰਕ ਕਹਿ ਸਕਦੇ ਹੋ ਤੁਸੀਂ ਉਹਨੂੰ ਜੋਬ ਨੂੰ। ਅਤੇ ਜਿਹੜੀ ਕੰਪਨੀ ਲਈ ਮੈਂ ਕੰਮ ਕਰਦਾ ਉਹ ਇੱਕ ਸੋਫਟਵੇਅਰ ਲਾਈਕ ਰਿਕਰੂਟਮੈਂਟ ਏਜੰਸੀ ਹੈ IT ਦੀ। ਅਤੇ ਬੇਸਿਕਲੀ ਕੀ ਹੈ ਕਿ ਜਿਹੜੇ ਕੈਂਡੀਡੇਟਸ ਜੋਬਸ ਜਿਹੜੇ ਮਤਲਬ ਫਾਈਂਡ ਆਊਟ ਕਰਦੇ ਆ ਵੀ ਜੋਬ ਚਾਹੀਦੀਆਂ ਜਿਹਨਾਂ ਨੂੰ, ਉਹ ਸਾਡੀ ਕੰਪਨੀ ਨੂੰ ਜਿਵੇਂ ਸਾਨੂੰ ਰੈਜ਼ਮੇ ਸੈਂਡ ਕਰਦੇ ਨੇ ਉਹ ਆਪਣੇ ਅਪਡੇਟਡ, ਅਤੇ ਉਹਨਾਂ ਰੈਜ਼ਮੇਜ਼ ਨੂੰ ਮੈਂ ਪ੍ਰਿੰਟ ਆਊਟ ਕੱਢ ਕੇ ਫਿਰ ਮੈਂ ਆਪਣੇ ਬੌਸ ਨੂੰ ਦਿੰਦਾ, ਅਤੇ ਬੌਸ ਉਹਨਾਂ ਕੈਂਡੀਡੇਟਸ ਨਾਲ ਕੰਟੈਕਟ ਕਰਦਾ, ਅਤੇ ਉਹਨਾਂ ਦੇ ਲੇਟੈਸਟ ਜੋ ਵੀ ਉਹਨਾਂ ਦੀਆਂ ਕੁਆਲੀਫਿਕੇਸ਼ਨਸ ਉਹਨਾਂ ਦੇ ਐਕਸਪੀਰੀਅੰਸ ਸਾਰਾ ਕੁਛ ਉਹਨਾਂ ਨੂੰ ਐਡਿਟ ਕਰਦਾ, ਉਹ ਫਿਰ ਵਾਪਸ ਮੈਨੂੰ ਦਿੰਦਾ, ਉਹ ਫਿਰ ਉਹਨੂੰ ਮੈਂ ਡੇਟਾਬੇਸ 'ਚ ਅਪਡੇਟ ਕਰਦਾ। ਸੋ ਕਾਈਂਡ ਆਫ ਇਹ ਡੇਟਾ ਐਂਟਰੀ ਦੀ ਇੱਕ ਤਰ੍ਹਾਂ ਦੀ ਜੋਬ ਹੈ ਇਹ। ਹਰ ਰੋਜ਼ ਜਿਹੜੀ 9 to 5 ਮੈਂ ਜੋਬ ਕਰਦਾ, ਉਸ ਤੋਂ ਬਾਅਦ ਘਰ ਆਉਂਦਾ, ਅਤੇ 1 ਘੰਟਾ ਜਾਂ 2 ਘੰਟੇ ਮੈਂ ਇਸ ਚੀਜ਼ 'ਤੇ ਲਾ ਦਿੰਦਾ ਡੇਟਾ ਐਂਟਰੀ ਦੇ। ਸੋ ਮੈਨੂੰ ਇੱਥੇ ਵਾਰ ਵਾਰ ਆਉਣ ਦੀ ਲੋੜ ਨਹੀਂ ਪੈਂਦੀ, ਸਿਰਫ 1 ਦਿਨ ਮੈਂ ਆਉਣਾ ਹੁੰਦਾ ਹੋਵੇ। ਜਿਹੜੀ ਇਹ ਜੋਬ ਹੈ ਇਹ ਮੈਂ ਕਰ ਰਿਹਾ 2015 ਤੋਂ 2015, ਜਦੋਂ ਮੈਂ ਸਟੱਡੀ ਕਰਦਾ ਹੁੰਦਾ ਸੀਗਾ, ਐਜ਼ ਆ ਪਾਰਟ ਟਾਈਮ ਮੈਂ ਇਸ ਜੋਬ ਨੂੰ ਰੱਖਿਆ ਹੋਇਆ ਸੀਗਾ, ਅਤੇ ਹੁਣ ਵੀ ਮੈਂ ਇਹ ਜੋਬ ਕਰ ਰਿਹਾ ਐਜ਼ ਆ ਪਾਰਟ ਟਾਈਮ ਆਪਣੀ ਰੈਗੂਲਰ ਜੋਬ ਦੇ ਨਾਲ, ਕਿਉਂਕਿ ਘਰ ਵੀ ਅਫੋਰਡ ਕਰਨਾ ਬਈ, ਸੋ ਪੈਸੇ ਵੀ ਚਾਹੀਦੇ ਨੇ, ਰਾਈਟ। ਅਤੇ ਤਾਂ ਕਰਕੇ ਮੈਂ ਇੱਕ ਸਾਈਡ ਜੋਬ ਰੱਖੀ ਹੋਈ ਹੈ। ਪਲੈਨ ਇਹ ਹੈ ਕਿ ਹੁਣ ਕੰਮ ਫਿਨਿਸ਼ ਜਿਵੇਂ ਹੋ ਚੱਲਿਆ, ਤਾਂ ਕੰਮ ਫਿਨਿਸ਼ ਕਰਨ ਤੋਂ ਬਾਅਦ ਮੈਂ ਜਾ ਰਿਹਾ ਕੋਸਮੋ ਮਿਊਜ਼ਿਕ ਸਟੋਰ ਜਿੱਥੋਂ ਇਲੈਕਟ੍ਰਿਕ ਗਿਟਾਰ ਖਰੀਦਣਾ, ਠੀਕ ਹੈ। ਅਤੇ ਆਪਾਂ ਹੁਣ ਫਟਾਫਟ ਕੰਮ ਫਿਨਿਸ਼ ਕਰਕੇ ਚੱਲਦੇ ਹਾਂ, ਅਤੇ ਤੁਹਾਨੂੰ ਦਿਖਾਉਂਦੇ ਆਪਾਂ ਕੋਸਮੋ ਮਿਊਜ਼ਿਕਲ ਸਟੋਰ। ਡੇਟਾ ਐਂਟਰੀ ਦੀ ਜੋਬ ਯਾਰ ਮਾੜੀ ਜੋਬ ਨਹੀਂ ਹੈਗੀ, ਇਟਸ ਅ ਗੁੱਡ ਜੋਬ, ਰਾਈਟ। ਜੇ ਕਿਸੇ ਕੋਲ ਐਕਸਪੀਰੀਅੰਸ ਹੈਗਾ ਤਾਂ ਉਹਨੂੰ ਜੋਬ ਮਿਲ ਸਕਦੀ ਹੈ। ਆਵਰਲੀ ਜਿਹੜਾ ਰੇਟ ਹੈ ਇਹਦਾ ਡੇਟਾ ਐਂਟਰੀ ਦੀ ਜੋਬ ਦਾ ਉਹ ਹੈਗਾ ਅਰਾਊਂਡ 18 ਤੋਂ ਲਾਈਕ $18 to $22, ਅਤੇ ਜੋ ਕਿ ਵਧੀਆ ਚੀਜ਼ ਆ। ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਬਹੁਤ ਵਧੀਆ, ਨਾ ਇਹ ਕਹਿੰਦੇ ਵੀ ਮਾੜਾ ਹੈ, ਠੀਕ ਹੈ, ਰਾਈਟ। ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਦੈਨ ਯੂ ਕੈਨ ਈਜ਼ੀਲੀ ਗੈਟ ਦਿਸ ਜੋਬ।
$2,000 and this one is $6,000. ਸਭ ਤੋਂ ਉੱਪਰ ਜਿਹੜੀ ਕੰਪਨੀ ਹੈ ਗਿਟਾਰ ਦੇ ਵਿੱਚ ਉਹ ਹੈਗੀ ਹੈ ਗਿਬਸਨ। ਆਹ ਜਿਹੜਾ ਗਿਟਾਰ ਦੇਖ ਰਹੇ ਹੋ ਤੁਸੀਂ 5149 ਘੱਟੋ ਘੱਟ 2.5 ਲੱਖ ਦਾ ਗਿਟਾਰ ਹੈ, 2.5 ਲੱਖ। ਹੁਣ ਦੱਸੋ ਤੁਸੀਂ ਇੰਡੀਆ 'ਚ ਜਿਵੇਂ ਹੁੰਦਾ ਤਾਂ ਐਵੇਂ ਦਾ ਗਿਟਾਰ ਕਦੇ ਮੈਂ ਜ਼ਿੰਦਗੀ 'ਚ ਸੋਚ ਵੀ ਨਹੀਂ ਸਕਦਾ ਵੀ ਮੈਂ ਇੰਡੀਆ 'ਚ ਰਹਿ ਕੇ ਇਹ ਚੀਜ਼ ਮੈਂ ਲੈ ਸਕਦਾ, ਪਰ ਇੱਥੇ ਕੈਨੇਡਾ ਦੇ ਵਿੱਚ ਮੈਂ ਸੋਚ ਸਕਦਾ ਵੀ ਕਦੇ ਇਨ ਫਿਊਚਰ ਮੈਂ ਇਹ ਗਿਟਾਰ ਖਰੀਦ ਸਕਦਾ, ਰਾਈਟ। ਈਵਨ ਜਿਹੜਾ ਮੈਂ ਗਿਟਾਰ ਹੁਣ ਲਿਆ ਇਲੈਕਟ੍ਰਿਕ ਗਿਟਾਰ ਉਹ $500 ਦਾ, ਠੀਕ ਹੈ, ਜਿਹੜਾ ਇੰਡੀਆ ਦਾ ਆਪਣਾ 25,000 ਹੋ ਗਿਆ। ਸੋ ਇਹ ਚੀਜ਼ ਮਤਲਬ ਅਫੋਰਡ ਕਰ ਸਕਦੇ ਆਪਾਂ, ਹੈ ਨਾ। ਇੰਡੀਆ 'ਚ ਵੀ ਮੈਂ ਗਿਟਾਰ ਲਿਆ ਸੀ ਪਹਿਲਾਂ, ਉਹ ਵੀ ਇੰਨੇ ਕੁ ਦਾ ਹੀ ਸੀਗਾ ਇਲੈਕਟ੍ਰਿਕ, ਪਰ ਇਹ ਚੀਜ਼ ਜਿਵੇਂ ਕਹਾਂ ਇੰਡੀਆ 'ਚ ਲੈਣੀ ਹੈ ਨਹੀਂ ਕਦੇ ਵੀ। ਅਗਲਾ ਕਹਿੰਦਾ ਯਾਰ 2.5 ਲੱਖ 'ਚ ਮੈਂ ਦੱਸ ਪੈਸੇ ਪਾ ਕੇ 2 ਲੱਖ ਹੋਰ ਗੱਡੀ ਲੈ ਲਾ, ਮੈਂ ਆਹ ਚੀਜ਼ ਲੈਣੀ ਹੈ, ਪਰ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਗਿਟਾਰ ਮੈਨ ਜਿਹੜਾ ਮੈਂ ਲੈ ਰਿਹਾ ਅਤੇ ਮੈਨੂੰ ਬਹੁਤ ਪਸੰਦ ਹੈ, ਆਈ ਰੀਅਲੀ ਲਾਈਕ ਦਿਸ ਕਲਰ। ਫਾਈਨਲੀ ਲੈ ਲਿਆ ਗਿਟਾਰ ਬਈ, ਇੱਕ ਹੋਰ ਸੰਦ ਜੁੜ ਗਿਆ ਬਈ ਆਪਣਾ ਘਰ 'ਚ, ਇੱਕ ਹੋਰ ਮਿਊਜ਼ੀਕਲ ਇੰਸਟਰੂਮੈਂਟ ਇਲੈਕਟ੍ਰਿਕ ਗਿਟਾਰ। ਘਰਦਿਆਂ ਨੇ ਕਹਿਣਾ ਤੂੰ ਨਹੀਂ ਹਟਦਾ ਮੁੰਡਿਆ ਪੈਸੇ ਲਾਉਣੋਂ, ਬਸ ਮੈਂ ਘਰਦਿਆਂ ਨੂੰ ਕਿਹਾ, ਮੈਂ ਕਿਹਾ ਯਾਰ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਠੀਕ ਹੈ, ਮੈਨੂੰ ਇਹਨਾਂ ਚੀਜ਼ਾਂ ਦਾ ਸ਼ੌਂਕ ਆ, ਮੈਨੂੰ ਮਿਊਜ਼ਿਕ ਦਾ ਸ਼ੌਂਕ ਹੈ, ਮਿਊਜ਼ਿਕ 'ਤੇ ਮੇਰੇ ਤੋਂ ਜਿੰਨੇ ਮਰਜ਼ੀ ਪੈਸੇ ਲਵਾ ਲਓ, ਪਰ ਹੋਰ ਚੀਜ਼ 'ਤੇ ਮੈਂ ਪੈਸੇ ਇੰਨੇ ਨਹੀਂ ਲਾ ਸਕਦਾ। ਸੋ ਮਿਊਜ਼ੀਕਲ ਇੰਸਟਰੂਮੈਂਟ ਜਿੰਨੇ ਮਰਜ਼ੀ। ਫਾਈਨਲੀ ਘਰ ਵਾਪਸ ਆ ਗਿਆ ਮੈਂ ਅਤੇ ਹੁਣ ਤਾਂ ਪੂਰੇ ਥੱਕ ਗਏ ਯਾਰ। ਅੱਜ ਮੈਂ ਤੁਹਾਨੂੰ ਦੱਸਿਆ ਸੀ ਆਪਣੀ ਵੀਡੀਓ 'ਚ ਮੇਰੀ ਜਿਹੜੀ ਪਾਰਟ ਟਾਈਮ ਜੋਬ ਆ ਉਹਦੇ ਬਾਰੇ, ਅਤੇ ਉਸ ਤੋਂ ਬਾਅਦ ਮੈਂ ਗਿਟਾਰ ਲੈ ਕੇ ਆਇਆ ਆਪਣਾ ਨਵਾਂ। ਆਲਰਾਈਟ, ਸੋ ਵਲੌਗ ਦਾ ਇੱਥੇ ਐਂਡ ਕਰ ਰਹੇ ਹਾਂ ਆਪਾਂ, ਅਤੇ ਬਾਈ ਜੇ ਤੁਹਾਨੂੰ ਵੀਡੀਓਜ਼ ਵਧੀਆ ਲੱਗ ਰਹੀਆਂ ਤਾਂ ਪਲੀਜ਼ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਅਤੇ ਸਟੇ ਟਿਊਨ ਅਰਬਨ ਦੇਸੀ ਵਲੌਗਸ।